सभी किसान भाइयों को मेरा नमस्कार मैं रामचंद्र सिंह राजपूत मधुसूदन शेड फार्म संगरिया से किसान भाइयों आज हमारी टीम पहुंची है गांव मोरजंड तहसील संगरिया जिला हनुमानगढ़ में सरदार श्री अंग्रेज सिंह जी खुस्सा के खेत में जो आप ये देख रहे हो मधुसूदन शेड फार्म संगरिया का एम एस का फील्ड है तो हम

228 ਵੀ ਹੈ ਅੱਛਾ ਜੀ ਬਾਇਰ ਦੀ 522 ਵੀ ਹੈ ਅੱਛਾ ਕੁਲ ਮਿਲਾ ਕੇ ਪੰਜ ਵਰਾਇਟੀ ਆਪਣੇ ਖੇਤ ਮੇ ਲਗਾਈ ਹੋਈ ਹੈ ਤਾਂ ਫਿਲਹਾਲ ਕੀ ਕੰਡੀਸ਼ਨ ਵਿੱਚ ਅਸੀਂ ਬਾਤ ਕਰੇ ਅੰਗਰੇਜ਼ ਸਿੰਘ ਜੀ ਤਾਂ ਆਪ ਕੋ ਸਭ ਤੋਂ ਬੈਟਰ ਵਰਾਇਟੀ ਕੌਣ ਸੀ ਦਿਖਾਈ ਦੇ ਰਹੀ ਹੈ ਬੈਟਰ ਤਾਂ ਵੈਸੇ ਨੰਬਰ 1 ਤੇ ਕਿਉਂ ਅਗੈਤੀ ਸਭ ਤੋਂ ਇਹ ਵੀਜੀ ਗਈ ਹੈ ਹਾਂਜੀ ਉਹਦੇ ਵਿੱਚ ਸਲਰਾ ਗੜਨ ਵਾਲਾ ਜਾਂ ਫੰਗਸ ਵਾਲਾ ਰੋਡ ਬਹੁਤ ਘਟ ਹੈ 786 ਚ ਹਾਂ 786 ਚ ਅੱਛਾ ਜੀ ਦੂਜੀ ਵਰਾਇਟੀ ਜੀ ਜਿਵੇਂ ਮੰਨ ਲਈ ਆਪਾਂ ਉਹਦੇ ਚ 42 ਦੇ ਵਿੱਚ ਵੀ ਹੈ ਸ਼ਿਕਾਇਤ ਅੱਛਾ ਜੀ 174 ਚ ਵੀ 228 ਥੋੜੀ ਜ਼ਿਆਦੀ ਹੈ ਅਜ ਅਦਰ ਵੈਰਾਈਟੀਆਂ ਮੇ ਇਸਕੇ ਮੁਕਾਬਲੇ ਰੋਕ ਜਾਂਦਾ ਹੈ। ਕਿਸਾਨ ਭਈਓ ਅੰਗਰੇਜ਼ ਸਿੰਘ ਜੀ ਕਹਿੰਨਾ ਹੈ ਕਿ ਅਦਰ ਵੈਰਾਈਟੀ ਹੈ ਉਸਕੇ ਅੰਦਰ ਜੋ ਤਨਾ ਗਲਨੇ ਵਾਲੀ ਸਮੱਸਿਆ ਹੈ ਉਹ ਸਭ ਤੋਂ ਜ਼ਿਆਦਾ ਹੈ। ਔਰ 786 ਕਾ ਫੀਲਡ ਦੇਖ ਰਹੇ ਹੋ ਇਸ ਵਿੱਚ ਕੋਈ ਵੀ 1% ਵੀ ਪ੍ਰੋਬਲਮ ਨਹੀਂ ਹੈ। ਤਾਂ ਅੰਗਰੇਜ਼ ਸਿੰਘ ਜੀ ਇਸ ਵਿੱਚ ਕੀ ਖਾਸੀਅਤ ਦਿਖਾਈ ਦੇ ਰਹੀ ਆਪਕੋ? ਕਿ ਅੱਜ ਦੇਖਣ ਦੇ ਵਿੱਚ ਤਾਂ ਫਲੀਆਂ ਜ਼ਿਆਦਾ ਹੈ ਗਿਣਤੀ ਦੇ ਵਿੱਚ। ਹਾਂਜੀ। ਕੁਝ ਦਾਣੇ ਵੀ ਜ਼ਿਆਦਾ ਦੂਜੀ ਦੇ ਮੁਕਾਬਲੇ ਕੋਈ 2 ਜਾਂ 3 ਦਾਣੇ ਫਾਲਤੂ ਫਲੀ ਦੇ ਵਿੱਚ। ਹਾਂਜੀ। ਤੇ ਫਟਾਅ ਚੰਗਾ ਹੈ। ਠੀਕ ਹੈ। ਸਲਰਾ ਗਲੇ ਦਾ ਕਟਾ ਹੈ। एक पानी तो ही लगाने बस किसान भाइयों अंग्रेज सिंह जी कह रहे हैं कि एक पानी लगाया है इस वैरायटी की खासियत जो विशेषता बोल रहे हैं पत्ते बड़े हैं इसके पत्ते बड़े पत्ते की वैरायटी तना नीचे से मोटा है और फुटाव है जो जमीन के साथ से ही है और ये देख सकते हो फलियां देखो और ये देखो फुटाव है जो सभी किसान भाई देख सकते हैं पूरी जमीन के पास से इसका फुटाव है और फलियों की लेंथ भी बड़ी है ਔਰ ਪਰਫੁੜੀ ਮੇ ਅਦਰ ਵਰਾਇਟੀ ਸੇ 3-4 ਦਾਣੇ ਜ਼ਿਆਦਾ ਹੈ। ਤਾਂ ਆਪਕੀ ਕੀ ਰਾਏ ਹੈ? ਔਰ ਕਿਸਾਨ ਭਾਈਓ ਅੰਗਰੇਜ਼ ਸਿੰਘ ਜੀ ਕੀ ਕਹਿਣਾ ਚਾਹਤੇ ਹੋ ਆਪ ਇਸ ਵਰਾਇਟੀ ਕੇ ਬਾਰੇ ਮੇ? ਵਰਾਇਟੀ ਆਪ ਨੂੰ ਉਹੀ ਲਾਉਣੀ ਚਾਹੀਦੀ ਹੈ ਜਿਹੜੀ ਆਪਾਂ ਨੂੰ ਉਪਜ ਜ਼ਿਆਦਾ ਦਿੰਦੀ ਹੈ। ਉਪਜ ਜ਼ਿਆਦਾ ਦਿੰਦਾ। ਧੰਨਵਾਦ ਜੀ। इनका कहना है कि हर किसान की ये इच्छा होती है कि हमारे खेत में उत्पादन क्षमता बढ़े उत्पादन ज़्यादा हो तो किसान भाइयों अधिक उपज लेने के लिए अधिक अपने खेत में उत्पादन लेने के लिए उच्च गुणवत्ता वाले बीज लगाएं। आप देख सकते हो मधुसूदन शेड फार्म संग्रिया की जो कंपनी है उनके जितने भी बीज है उच्च गुणवत्ता वाले बीज है वही अपने खेत में लगाएं फिलहाल की कंडीशन में जो हमारे